ਤਾਲੀਆਂ ਦਾ ਹੋਣਾ ਚਾਹੀਦਾ, ਕਿੰਨੀ ਜ਼ੋਰਦਾਰ ਤਾਲੀਆਂ ਹੋਣ। ਸਿੱਧੂ ਸ਼ਰਨਮ ਨਵਜੋਤ ਕੌਰ ਸਿੱਧੂ, ਸਾਡੇ ਪਹਿਲਾਂ ਨਵਜੋਤ ਸਿੰਘ ਸਿੱਧੂ, ਮਿੱਠੂ ਮੈਦਾਨ ਜੀ, ਮੈਦਾਨ ਮਿੱਠੂ ਜੀ ਨੂੰ ਗੁਜ਼ਾਰਿਸ਼ ਕਰਾਂਗਾ। ਔਰ ਵਾਰਡ ਨੰਬਰ 29 ਦੀ ਕੌਂਸਲਰ ਸਹਿਬਾ, ਇਹ ਬਾਬ ਕਮਾਲ ਸਾਡੇ ਪੰਜਾਬ ਦੇ ਮੰਤਰੀ ਵੀ ਰਹੇ ਨੇ, ਔਰ ਜਿਨ੍ਹਾਂ ਨੇ ਸੱਚਾਈ ਦੀ, ਕਿਉਂਕਿ ਅੱਜ ਜਿਹੜਾ ਤਿਉਹਾਰ ਅਸੀਂ ਮਨਾ ਰਹੇ ਹਾਂ, ਸੌਰਵ ਮੈਦਾਨ ਮਿੱਠੂ ਜੀ ਔਰ ਸ਼ੈਲੀ ਭਾਜੀ, ਬਦੀ ਤੇ ਨੇਕੀ ਦਾ ਪਾਵਨ ਤਿਉਹਾਰ ਹੈ, ਔਰ ਤੁਸੀਂ ਵੀ ਹਮੇਸ਼ਾ ਹੀ ਬਦੀ ਦੇ ਉੱਤੇ ਨੇਕੀ ਦੀ ਜਿੱਤ ਦੀ ਲੜਾਈ ਲੜੀ ਹੈ ਸਾਡੇ ਪੰਜਾਬ ਦੇ ਲਈ, ਸਾਡੇ ਨੌਜਵਾਨਾਂ ਦੇ ਲਈ। ਔਰ ਤੁਹਾਡਾ ਪੁੱਤਰ ਜਿਹੜਾ ਮਿੱਠੂ ਮੈਦਾਨ ਆ, ਇਹ ਹਰ ਵੇਲੇ ਤੁਹਾਡੇ ਚਰਨਾਂ ਦਾ ਦਾਸ ਹੈ, ਨਵਜੋਤ ਸਿੰਘ ਸਿੱਧੂ ਜੀ ਦਾ। ਅੱਜ ਅੱਗ ਲਾ ਰਹੇ ਹੋ ਬਾਦਲ ਪਰਿਵਾਰ ਦੇ ਮਜੀਠੀਆਂ ਨੂੰ, ਜਿਨ੍ਹਾਂ ਨੇ ਪੰਜਾਬ ਦਾ ਸੱਤਿਆਨਾਸ਼ ਪੰਜਾਹ ਸਾਲ ਪਿੱਛੇ ਲੈ ਗਏ। ਮੈਂ ਮਿੰਨਤਾਂ ਕਰਦੀ ਰਹੀ ਕਿ ਲੋਕਾਂ ਨੂੰ ਇਹ ਨਾ ਸਮਝੋ ਕਿ ਲੋਕਾਂ ਨੇ ਬੜੀ ਦਿਲ ਦੇ ਨਾਲ ਆਪਣੀਆਂ ਉਮੀਦਾਂ ਦੇ ਨਾਲ ਲੀਡਰ ਚੁਣਦੇ ਨੇ। ਤੁਸੀਂ ਇਹ ਨਹੀਂ ਕਰ ਸਕਦੇ ਝੂਠੇ ਪਰਚੇ ਕਰਾ ਦਿਓ, ਲੋਕਾਂ ਨੂੰ ਆਹ ਕਰ ਲਓ, ਜੋ ਜੀ ਕਰਦਾ ਉਹਦਾ ਲੁੱਟ ਲਓ। ਲੀਡਰ ਇਸ ਲਈ ਨਹੀਂ ਹੁੰਦੇ। ਇਹ ਜਿਹੜੀ ਮੈਂ ਆ ਜਾਂਦੀ ਹੈ ਨਾ, ਮੈਨੂੰ ਕੁਰਸੀ ਮਿਲ ਗਈ ਤੇ ਮੈਂ ਕੁਛ ਵੀ ਕਰ ਸਕਦਾ। ਇਹ ਮੈਂ ਇੱਥੇ ਨਹੀਂ ਰਹਿੰਦੀ, ਇਹ ਮੈਂ ਇੱਥੇ ਅਗਲੀ ਭੇਟ ਹੁੰਦੀ ਹੈ। ਇਹ ਸਾਰੇ ਮੇਰੇ ਬੱਚੇ ਕਾਉਂਸਲਰ ਹੈ। ਮੈਂ ਇਹ ਇਹਨਾਂ ਨੂੰ ਹਮੇਸ਼ਾ ਸਿਖਾਉਂਦੀ ਹਾਂ, ਹਲੀਮੀ ਦੇ ਨਾਲ ਲੋਕਾਂ ਦਾ ਪਿਆਰ ਜਿੱਤੋ, ਲੋਕਾਂ ਲਈ ਮਰ ਮਿਟੋ। ਜ਼ਿੰਦਗੀ ਚ ਕੁਛ ਨਹੀਂ ਪਿਆ, ਇਸ ਧਰਤੀ ਤੋਂ ਆਪਾਂ ਕੁਛ ਨਹੀਂ ਲੈ ਕੇ ਜਾਣਾ। ਸਾਡੇ ਵਾਰਡ ਨੰਬਰ 29 ਦੇ ਵੱਲੋਂ, ਹਲਕਾ ਈਸਟ ਵੱਲੋਂ, ਇਹ ਕਦਾ ਜਿਹੜਾ ਹੈ ਜਿੱਤਿਆ ਜਾ ਰਿਹਾ ਹੈ, ਕਿਸ ਕਦਾ ਦੇ ਨਾਮ ਪ੍ਰਮੁੱਖ ਰਾਮ ਜੀ ਨੇ, ਹਰਿਆਣ ਜੀ ਨੇ ਵੱਧ ਕੀਤਾ। ਮੈਦਾਨ ਮਿੱਠੂ ਜੀ, ਮੈਡਮ ਵਿਜੇ ਮੈਦਾਨ ਜੀ, ਕੌਂਸਲ ਸਾਹਿਬ ਬੇਨਤੀ ਦੇ ਬਹੁਤ ਧੰਨਵਾਦੀ ਆ। ਮਿੱਠੂ ਮੈਦਾਨ ਜੀ ਵੱਲੋਂ ਉਹਨਾਂ ਨੂੰ ਧੰਨਵਾਦ ਆਇਆ ਵਾ। ਸ਼ਹਿਰ ਵਾਸੀਆਂ ਨੂੰ ਮੁਬਾਰਕਬਾਦ ਵੀ ਦਿਆਂਗਾ, ਔਰ ਮੈਦਾਨ ਪਰਿਵਾਰ ਦੇ ਵੱਲੋਂ ਆਪ ਸਾਰਿਆਂ ਦਾ।